ਕਿਸੇ ਨੂੰ ਬਚਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਸਿੰਘ ਸਾਹਿਬ ਜੀ ਕਿੱਦਾਂ ਵੇਖਦੇ ਹੈਗੇ ਆ ਬਾਈ ਜੀ ਜੰਮੂ ਤੋਂ ਵੀ ਤੁਰ ਪਏ ਹੈਗੇ ਜਦੋਂ ਵੇਖਿਆ ਕਹਿੰਦੇ ਵੀ ਅਸੀਂ ਵੇਖਿਆ ਸਾਡੇ ਵੀਰਾਂ ਦੇ ਉੱਤੇ ਜਦੋਂ ਫੱਟ ਲੱਗ ਰਹੇ ਸੀਗੇ ਸਰੀਰਾਂ ਦੇ ਉੱਤੇ, ਹਾਲਾਂਕਿ ਜਿਹੜਾ ਜਿਸਮਾਂ ਨੂੰ ਕੋਈ ਜ਼ਖਮੀ ਕਰ ਸਕਦਾ ਪਰ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਕੋਈ ਜ਼ਖਮੀ ਨਹੀਂ ਕਰ ਸਕਦਾ। ਅਤੇ ਤੁਸੀਂ ਕਿੱਦਾਂ ਵੇਖਦੇ ਆ ਚੜ੍ਹਦੀ ਕਲਾ 'ਚ ਹੈਗੇ ਆ ਸਾਰੇ? ਚੜ੍ਹਦੀ ਕਲਾ ਜੀ ਵੀਰ ਜੀ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਫੌਜ ਆ। ਹਾਂਜੀ, ਇਹਦੀ ਨੀਂਹ ਬਾਬਰ ਅਤੇ ਜਾਬਰ ਦੇ ਵੇਲੇ ਰੱਖੀ ਗਈ ਆ। ਇੱਕ ਪਾਸੇ ਦੁਨੀਆਂ ਦੇ ਤਖਤੇ 'ਤੇ ਬਾਬਰ ਆਉਂਦਾ, ਇੱਕ ਪਾਸੇ ਬਾਬਾ ਨਾਨਕ ਆਉਂਦਾ, ਇੱਕ ਪਾਸੇ ਜਹਾਂਗੀਰ ਆਉਂਦਾ ਅਤੇ ਇੱਕ ਪਾਸੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਉਂਦਾ ਵਾ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਉਂਦਾ, ਇੱਕ ਪਾਸੇ ਔਰੰਗਾ ਆਉਂਦਾ ਅਤੇ ਇੱਕ ਪਾਸੇ ਕਲਗੀਧਰ ਪਾਤਸ਼ਾਹ ਆਉਂਦਾ ਵਾ। ਸਦੀਵੀ ਤੌਰ 'ਤੇ ਮੁਗਲ ਰਾਜ ਦੀ ਜੜ ਪੁੱਟ ਕੇ ਸਾਨੂੰ ਕਲਗੀਧਰ ਪਾਤਸ਼ਾਹ ਨੇ ਉਪਦੇਸ਼ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਅਤੇ ਜਿੰਨਾ ਚਿਰ ਗੁਰੂ ਗ੍ਰੰਥ ਰਹੂਗਾ ਇਹ ਕੀ ਆ, ਇਹ ਕੌਣ ਆ? ਕੁਝ ਵੀ ਨਹੀਂ, ਉਹਦੇ ਗਾੜੀ ਖਾਕ ਵੀ ਨਹੀਂ। ਅਤੇ ਜਿੰਨਾ ਚਿਰ ਤੱਕ ਉਹ ਸਾਡੇ ਕੋਲ ਸਾਡੇ ਅੰਦਰ ਤਾਂ ਜਜ਼ਬਾ ਬਾਲੇ ਮਾਰਦਾ ਰਹੂਗਾ। ਅਤੇ ਗੁਰੂ ਕੇ ਸਿੱਖਾਂ ਨੇ ਜੰਮੂ ਦੀ ਗੱਲ ਕਰਦੇ ਤੁਸੀਂ ਵੀਰ ਜੀ, ਇੱਥੇ ਵੇਖਿਓ ਇੱਥੇ ਮੇਲੇ ਲੱਗਣਗੇ, ਇਹ ਸਿੰਘੂ ਬਾਰਡਰ ਨਹੀਂ ਸਿੰਘ ਬਾਰਡਰ ਬਣੂਗਾ, ਇਹ ਗੱਲ ਨੂੰ ਯਾਦ ਰੱਖਿਓ ਤੁਸੀਂ। ਇਹਨੇ ਪੰਗਾ ਕਿਸੇ ਹੋਰ ਨਾਲ ਲਿਆ, ਮਤਲਬ ਮੈਂ ਤੁਹਾਨੂੰ ਕੀ ਦੱਸਾਂ, ਜਜ਼ਬੇ ਅੰਦਰ ਖੇਡਦੇ ਆ। ਅਸੀਂ ਵੀ ਚੱਲ ਕੇ ਆਏ ਰਾਤ, ਸਾਨੂੰ ਪਤਾ ਲੱਗਾ ਵੀਰਾਂ ਨੇ ਮੰਗਾਰ ਪਾਈ ਵੀ ਇੱਥੇ ਮਾਵਾਂ ਭੈਣਾਂ ਜਿੰਨੇ ਵੀ ਮਰਦ ਆ ਇੱਕ ਰਾਂ ਵੀਰਾਂ ਘੱਤ ਕਹਿ, ਅਸੀਂ 11 ਸਿੱਖ ਆਏ ਹਾਂ ਗੋਇੰਦਵਾਲ ਦੀ ਧਰਤੀ ਤੋਂ, ਅਤੇ ਸਾਡੇ ਨਾਲ 4 ਗੱਡੀਆਂ ਮਗਰੋਰ ਆ ਰਹੀਆਂ, ਅੱਜ ਉਹ ਪਹੁੰਚ ਜਾਣਗੀਆਂ। ਅਤੇ ਉਹਦੇ ਮਗਰ ਪਤਾ ਨਹੀਂ ਕਿੰਨਾ ਕੁ ਮੇਲਾ ਲੱਗਾ ਵਾ, ਜਿਹੜਾ ਸਾਡਾ ਟੋਲ ਪਲਾਜ਼ਾ ਡੈਲੋ ਲੁਧਿਆਣੇ ਵਾਲਾ ਟੋਲ ਪਲਾਜ਼ਾ, ਉੱਥੇ ਗੁਰੂ ਕੇ ਸਿੱਖਾਂ ਨੇ ਲੰਗਰ ਲਾਇਆ ਅਤੇ ਅਸੀਂ ਉੱਥੇ 81 ਗੱਡੀਆਂ ਗੱਡੀਆਂ ਰਾਤ ਜਿਹੜੀਆਂ ਐਨੂੰ ਆ ਰਹੀਆਂ ਵਾ। ਹਾਂਜੀ, ਇਹ ਕਿੱਦਾਂ ਚੱਲ ਲੈਣਗੇ ਇਹ? ਕਦੇ ਹੜ ਕਦੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ, ਇਹਨਾਂ ਨੂੰ ਇਹ ਨਹੀਂ ਪਤਾ ਦਰਿਆਵਾਂ ਨੂੰ ਕਦੇ ਲੱਕੇ ਨਹੀਂ ਲੱਗਦੇ। ਨਾਲੇ ਰੇਤ ਦੀ ਕੰਧ ਆ ਬਾਬਾ ਜੀ, 800 ਸਾਲ ਗੁਲਾਮੀ ਵਿੱਚ ਰਹੀ ਦਿੱਲੀ, ਪਤਾ ਨਹੀਂ ਚੇਤਾ ਨਹੀਂ ਅੱਜ ਆਜ਼ਾਦ ਅਖੀਰ ਹੋ ਜੂ। ਹਾਂਜੀ, ਜਿੱਥੇ ਜਾ ਕੇ ਨਾ ਫਰਿਆਦ ਕੀਤੀ ਉਹ ਆਜ਼ਾਦੀ ਦਾ ਸੂਰਮਾ ਵਾ, ਉਹ ਆ ਬਾਗੀ ਆ, ਇਹ ਬਾਗੀ ਦਾ ਦੇ ਬਾਗੀਆਂ ਨੇ ਝੰਡੇ ਚੜਾਤੇ ਜੀ, ਉਹ ਅਸੀਂ ਇਸ ਦੇਸ਼ ਵਾਸਤੇ ਸਿਰ ਵਾਰਿਆ ਅਤੇ ਝੰਡੇ ਨੂੰ ਹੱਥ ਨਹੀਂ ਲਾਇਆ ਗੁਰੂ ਕੇ ਸਿੱਖਾਂ ਨੇ, ਕੇਵਲ ਅਤੇ ਕੇਵਲ ਥੱਲੇ ਇਹ ਗੱਲ ਕਹੀ ਆ ਵੀ ਚਲੋ ਠੀਕ ਆ ਅਸੀਂ ਇਹ ਨਮਸਕਾਰ ਕਰਦੇ ਹਾਂ ਦੇਸ਼ ਨੂੰ, ਇਸ ਦੇਸ਼ ਵਾਸਤੇ 93% ਸ਼ਹੀਦੀਆਂ ਦਿੱਤੀਆਂ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਗੁਲਾਮੀ ਦੀ ਜ਼ਿੰਦਗੀ ਚੱਲਾਂਗੇ। ਤੁਸੀਂ ਹੁਣ ਇਹ ਸਾਡੀ ਪੂਰਤੀ 4 ਕਾਇਦਾ ਕਾਨੂੰਨ ਦੇ ਕੇ ਸਾਡੀ ਧੌਣ 'ਤੇ ਅੰਗੂਠਾ ਰੱਖ ਦਿੱਤਾ ਗਿਆ ਵਾ, ਅਗਰ ਤੁਸੀਂ ਅੰਗੂਠਾ ਨਹੀਂ ਚੁੱਕਦੇ, ਜਿੰਨੇ ਵੀ ਵੀਰ ਆਏ ਆ ਇਹ ਅੰਗੂਠਾ ਨਹੀਂ ਚੁੱਕਦੇ, ਮੌਤ ਉਹਦਾ ਵੀ ਹੋਣੀ, ਚੁੱਕਣ ਨਾਲ ਵੀ ਹੋ ਜਾਣੀ। ਹਾਂਜੀ, ਜੇ ਚੁੱਕਦੇ ਹਾਂ ਦੁਨੀਆ ਸਾਨੂੰ ਯਾਦ ਕਰੂਗੀ, 4 ਪੀੜ੍ਹੀਆਂ ਸਾਡੀਆਂ ਜਿਹੜੀਆਂ ਸਾਨੂੰ ਨਸਲਾਂ ਯਾਦ ਕਰਨੀਆਂ ਕਿ ਉਹ ਮਰਦਾਂ ਨੇ ਖਾੜਾ ਲਾਇਆ ਸੀ ਦਿੱਲੀ ਦੀ ਧਰਤੀ 'ਤੇ ਜਾ ਕੇ, ਅਤੇ ਮੌਤ ਉੱਦਾਂ ਵੀ ਹੋਣੀ ਆ, ਮਰਦੀ ਦੁਨੀਆ ਮਰਦੀ ਆ, ਕਿਹੜੇ ਨਹੀਂ ਮਰਦੇ ਦੁਨੀਆ, ਪਰ ਜਿਹੜੇ ਇੱਥੇ 180 ਸਿੰਘ ਸ਼ਹੀਦ ਹੋ ਗਏ ਨਾ ਉਹਨਾਂ ਨੂੰ ਦੁਨੀਆ ਯਾਦ ਕਰਿਆ ਕਰੂਗੀ। ਹਾਂਜੀ, ਇਹ ਰਣ ਮੈਦਾਨ ਆ, ਰਣ ਮੈਦਾਨ ਦੇ ਵਿੱਚ ਇਹ ਜਜ਼ਬਾ ਨਹੀਂ ਵੇਖਿਆ ਜਾਂਦਾ ਵੀ ਇੱਥੇ ਆਏ ਕਿੰਨੇ ਅਤੇ ਸ਼ਹੀਦ ਕਿੰਨੇ ਹੋ ਗਏ ਆ, ਉੱਥੇ ਤਾਂ ਖੇਡਿਆ ਕਰਦੇ ਆ। ਮੈਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਦਿਆਂ, ਟਿੱਡਿਆਂ ਪਤੰਗਿਆਂ ਦੇ ਵਿੱਚ ਟਿੱਡੇ ਰਲ ਗਏ, ਅਤੇ ਪਤੰਗਿਆਂ ਦੇ ਜਥੇਦਾਰ ਨੂੰ ਕਿਸੇ ਨੇ ਜਾ ਕੇ ਇਹ ਗੱਲ ਕਹਿ ਦਿੱਤੀ ਵੀ ਆਪਣੇ ਵਿੱਚ ਰਲਾ ਬਹੁਤ ਪੈ ਗਿਆ ਵਾ, ਲੋਕਾਂ ਦੀਆਂ ਧੀਆਂ ਭੈਣਾਂ ਦੀ ਸ਼ਿਕਾਇਤ ਆਉਣ ਲੱਗ ਪਈ ਆ, ਧੀਆਂ ਭੈਣਾਂ ਆ ਕੇ ਲਾਮਾ ਦਿੰਦੀਆਂ ਵਾ ਵੀ ਅਸੀਂ ਨਹਾਉਂਦੀਆਂ ਵਾ ਅਤੇ ਸਾਨੂੰ ਆ ਕੇ ਪਤੰਗੇ ਵਹਿੰਦੇ ਆ, ਅਸੀਂ ਦੀਵਾ ਜਗਾ ਕੇ ਨਹਾਉਂਦੀਆਂ। ਹੁਣ ਜਿਹੜਾ ਪਤੰਗਾ ਵਾ ਉਹ ਲੜਕੀ ਵੱਲ ਵੇਖੂਗੇ ਦੀਵੇ ਦੇ ਉੱਤੇ ਪ੍ਰਵਾਨ ਹੋ ਜੂਗਾ, ਹੁਣ ਜਥੇਦਾਰ ਸੋਚੀ ਪੈ ਗਿਆ ਮੈਨੂੰ ਲੱਗਦਾ ਰਲਾ ਪੈ ਗਿਆ, ਪਤੰਗਾ ਹੋਵੇ ਤਾਂ ਸ਼ਾਮਾਂ 'ਤੇ ਮੱਚ ਜੂਗਾ, ਉਹਦਾ ਤਾਂ ਉਹਨੇ ਤਾਂ ਵਾਪਸ ਆਉਣਾ ਹੀ ਨਹੀਂ ਆ, ਇਹ ਉੱਡ ਕੇ ਵਾਪਸ ਕੌਣ ਆ ਜਾਂਦੇ ਆ? ਫਿਰ ਉਹਨੇ ਸਾਰੇ ਪਤੰਗੇ ਇਕੱਠੇ ਕੀਤੇ ਵੀ ਆਪਾਂ ਨੂੰ ਇੱਕ ਗੇਮ ਖੇਡਣੀ ਚਾਹੀਦੀ ਆ। ਹਾਂਜੀ, ਉਹਨਾਂ ਨੇ ਪਤੰਗਿਆਂ ਨੂੰ ਇਕੱਠਿਆਂ ਕਰਕੇ ਅਤੇ ਟਿੱਡਿਆਂ ਦੇ ਨਾਲ 10-12 ਪਤੰਗੇ ਘੱਲਤੇ ਵੀ ਜਾਓ ਵੇਖਿਓ ਮੜੀਆਂ ਹੀ ਦੀਵਾ ਜਗਦਾ, ਜਿਹੜੇ ਪਤੰਗੇ ਉਹ ਪ੍ਰਵਾਨ ਹੋ ਗਏ, ਜਿਹੜੇ ਟਿੱਡੇ ਸੀ ਉਹ ਕਹਿੰਦੇ ਜਗਦਾ, ਉਹਨੇ ਫੜ ਲਓ ਢਲੋ ਆ ਜੇ ਰਲਾ, ਇਹ ਰਲਾ ਗੁਰੂ ਨੇ ਕੱਢਣਾ ਅਤੇ ਰਲਾ ਕੱਢਣ ਡਿਆ ਗੁਰੂ। ਹਾਂਜੀ, ਯੂਪੀ ਦੀ ਧਰਤੀ ਦੇ ਉੱਤੇ ਗਦਾਰ ਬੰਦਾ ਵੀਐਮ ਸਿੰਘ ਦੁਨੀਆਂ ਨੂੰ ਲਾਲਸ ਵਿੱਚ ਲਾ ਕੇ ਅਤੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕਣ ਵਾਲਾ, ਹਿੰਦੂਆਂ ਦੇ ਘਰ ਆਪਣੀ ਭੈਣ ਨੂੰ ਵਿਆਹੁਣ ਵਾਲਾ, ਉਹ ਗੁਰੂ ਕਿਆ ਸਿੱਖਾ ਤੂੰ ਤੇਰੇ ਪੈਰ ਤੇਰਨੋਂ ਤੇ ਰਕੇਸ਼ ਟਕੈਟ ਚੰਗਾ ਰਿਹਾ, ਉਹ ਜਿਹਨੇ ਮਰਦ ਨੇ ਲੱਤ ਲਾ ਕੇ ਰਾਤ ਅਣਖ ਦਾ ਬੀ ਪਾ ਕੇ ਰੱਖ ਦਿੱਤਾ, ਹੜ ਆ ਗਿਆ ਗੁਰੂ ਕੇ ਸਿੱਖਾਂ ਦਾ ਉੱਥੇ, ਉਹਨੇ ਇਹ ਨਹੀਂ ਮਤਲਬ ਵੀਰ ਜੀ ਵੀ ਮੈਂ ਹਿੰਦੂਆਂ ਅਤੇ ਮੈਂ ਖਲੋਤਾ ਵਾਂ, ਕੋਈ ਧਰਮ ਵਾਸਤੇ ਖਲੋਣਾ ਚਾਹੀਦਾ ਵਾ। ਗੁਰੂ ਕੇ ਸਿੱਖਾਂ ਨੇ ਆਖਿਆ ਪਹਿਲਾਂ ਗੋਲੀ ਸਾਡੀ ਛਾਤੀ ਜਾਊ, ਮੁੜ ਕੇ ਟਕੈਟ ਦੀ ਜਾਊਗੀ, ਇਹ ਮਰਦਾਂ ਦਾ ਜਜ਼ਬਾ ਹੋਇਆ ਕਰਦਾ ਵਾ, ਭੱਜਣ ਵਾਲਿਆਂ ਨੂੰ ਕੋਈ ਯਾਦ ਨਹੀਂ ਕਰਦਾ, ਖਲੋਣ ਵਾਲਿਆਂ ਨੂੰ ਦੁਨੀਆ ਯਾਦ ਕਰਿਆ ਕਰਦੀ ਹੈ। ਇਹ ਫੌਜ ਖਲੋਣ ਵਾਲਿਆਂ ਦੀ ਆ, ਮਰਦਾਂ ਦੀ ਫੌਜ ਆ, ਇਹ ਗੁਰੂ ਕੇ ਸਿੱਖੋ ਵੇਖਿਓ ਤੁਸੀਂ ਇੱਥੇ ਬਣਦਾ ਕੀ ਆ, ਜਾਂ ਤਾਂ ਇਹਨੂੰ ਕਾਨੂੰਨ ਭੰਗ ਕਰਨੇ ਪੈਣਗੇ ਅਤੇ ਜਾਂ ਇਹ ਆਪਣੀ ਆਈ 'ਤੇ ਆਊਗੇ ਜਦੋਂ, ਜਾਂ ਸਰਕਾਰਾਂ ਡਿੱਗਣਗੀਆਂ, ਇਹ ਦੋ ਚੀਜ਼ਾਂ ਹੋਣਗੀਆਂ। ਮੂੰਹ ਮਰਦ ਬਾਇਦ ਸ਼ਬਦ ਸੁਖਨਵਰ ਕੇ ਦਰਦ ਏ ਦੀਗਰ ਦਰਦਹਾ ਨੇ ਦੀਗਰ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਵੀ ਮਰਦ ਉਹ ਹੁੰਦਾ ਵੀ ਜਿਹੜਾ ਮੂੰਹ ਦੇ ਉੱਤੇ ਗੱਲ ਕਰੇ, ਜਿਹੜੀ ਸੱਚੀ ਗੱਲ ਕਰੇ, ਦਿਲ ਦੇ ਵਿੱਚ ਕੁਛ ਹੋਰ ਅਤੇ ਮੂੰਹ ਦੇ ਵਿੱਚ ਕੁਛ ਹੋਰ, ਉਹ ਫਿਰ ਮਰਦ ਨਹੀਂ ਹੁੰਦਾ। ਅਤੇ ਜਿਹੜਾ ਅਸੀਂ ਵੇਖਿਆ ਹੈਗਾ ਵੀ ਜਦੋਂ ਰਕਸ਼ਕ ਹੀ ਭਕਸ਼ਕ ਬਣ ਜਾਂਦੇ ਆ ਫਿਰ ਉਹ ਮਰਦਾਂ ਵਾਲੇ ਕੰਮ ਨਹੀਂ ਹੁੰਦੇ। ਚੈਨਲ ਦੇ ਰਾਹੀਂ ਬੇਨਤੀ ਕਰਾਂ ਵੀ ਜਿੰਨੀਆਂ ਵੀ ਅਫਵਾਹਾਂ ਜਾਈਆਂ ਜਾ ਰਹੀਆਂ ਜੀ, ਉੱਥੇ ਪੁਲਿਸ ਆ ਗਈ ਆ ਜੀ, ਉੱਥੇ ਐਂ ਹੋ ਗਿਆ ਜੀ, ਉੱਥੇ ਐਂ ਹੋ ਗਿਆ, ਇਹ 10 ਲੱਖ ਦਾ ਮੁਕਾਬਲਾ ਕਰਨ ਵਾਲਾ ਬਾਬਾ ਜੀਤ ਸਿੰਘ ਦੀ ਔਲਾਦ, ਮਾਵਾਂ ਨੂੰ ਬੇਨਤੀ ਆ, ਮਾਂ
ਇਹ ਰਣ ਮੈਦਾਨ ਭਖਿਆ ਆਇਆ ਵਾ। ਜਿੰਨੇ ਵੀ ਗੁਰੂ ਕੇ ਸਿੱਖ ਇਸ ਮੀਡੀਆ ਦੇ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਸੁਣਦੇ ਆ, ਮੇਰੀ ਹੱਥ ਜੋੜ ਕੇ ਬੇਨਤੀ ਆ, ਗੁਰੂ ਕੇ ਸਿੱਖੋ, ਅਗਰ ਜੇ ਅੱਜ ਲੱਤ ਨਾ ਲਾਈ ਦੁਨੀਆ ਦੇ ਤਖਤੇ ਤੇ ਸਾਡਾ ਨਾਂ ਨਹੀਂ ਹੋਊਗਾ, ਪਰ ਜੇ ਅੱਜ ਮਰਦ ਖਲੋਗੇ, ਹੁਣ ਤਾਂ ਤੁਸੀਂ ਵੇਖਿਆ ਤੁਸੀਂ ਮਰਦਾਂ ਦੇ ਹੱਥ ਦੇ ਵਿੱਚ ਝੰਡੇ ਨੇ, ਡਾਂਗਾਂ ਨੇ, ਇੱਥੇ ਖਲੋਗੇ ਆ। ਇਹ ਕੇਵਲ ਤੇ ਕੇਵਲ ਇੱਕੋ ਹੀ ਗੱਲ ਆ ਵੀ ਜੋ ਸਟੇਟ ਤੋਂ ਕਾਰਵਾਈ ਹੋ ਰਹੀ ਆ, ਜੇ ਉਹਨਾਂ ਸ਼ਾਂਤਮਈ ਕਿਹਾ ਤਾਂ ਸ਼ਾਂਤਮਈ, ਜੇ ਉਹਨਾਂ ਕਿਹਾ ਵੀ ਪੰਜਾਂ ਪੰਜਾਂ ਦਾ ਦਸਾਂ ਬਣਾ ਕੇ ਗਾੜੀ ਚੱਲਿਓ, ਤਾਂ ਵੇਖਿਓ ਇਹਨਾਂ ਦੇ ਦਾਣੇ ਕਿੱਦਾਂ ਗਿਣਦੇ ਆ। ਇਹ ਤਾਂ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਇਹ ਤਾਂ ਜਜ਼ਬੇ ਦੇ ਵਿੱਚ ਗੁਰੂ ਕੇ ਸਿੱਖ ਲੋ ਤੇ ਗੱਲ ਕੋਹਣੀ ਆ। ਹਾਂਜੀ, ਕੀ ਬਾਤ ਹੈ ਜੀ। ਔਰ ਕੱਲ੍ਹ ਅਸੀਂ ਵੇਖਿਆ ਆਪ ਨਿਹੰਗ ਸਿੰਘ ਜਦੋਂ ਆ ਗਏ ਸੀਗੇ ਤਾਂ ਨਿਹੰਗ ਸਿੰਘਾਂ ਨੇ ਵੀ ਉੱਥੇ ਜਾ ਕੇ ਸਟੇਜ ਦੇ ਉੱਤੇ ਅਨਾਊਂਸਮੈਂਟ ਕੀਤੀ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ, ਅਸੀਂ ਤੁਹਾਨੂੰ ਪਿਆਰ ਨਾਲ ਕਹਿੰਦੇ ਹਾਂ, ਕਿਉਂਕਿ ਗੁਰੂ ਕਾ ਖਾਲਸਾ ਜਿਹੜਾ ਹੈਗਾ ਉਹ ਹਮੇਸ਼ਾ ਪਹਿਲਾਂ ਪਿਆਰ ਦੀ ਗੱਲ ਕਰਦਾ ਹੈ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਆ ਕਿ ਬਲਾ ਚਾਰਗੀ ਦਰਮਿਆਂ ਆਮਦਮ ਬਤਦ ਬੀਰੋ ਤੀਰੋ ਤੁਫੰਗ ਆਮਦਮ। ਇਹ ਮੇਰੀ ਬਲਾਚਾਰਗੀ ਆ ਹਥਿਆਰ ਚੱਕਣਾ, ਨਹੀਂ ਤਾਂ ਕਹਿੰਦੇ ਜਦੋਂ ਸਾਰੇ ਹਿੱਲੇ ਵਸੀਲੇ ਮੁੱਕ ਜਾਣ ਉਦੋਂ ਹਥਿਆਰ ਚੱਕਣਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾਇਜ਼ ਹੈਗਾ, ਨਹੀਂ ਤਾਂ ਸ਼ਾਂਤੀ ਕਹਿੰਦੇ ਅਸੀਂ ਸ਼ਾਂਤੀ ਦੇ ਸਮੁੰਦਰ ਵਿੱਚ ਹੀ ਖੁਸ਼ ਹੈਗੇ ਹਾਂ। ਸੋ ਇਸੇ ਤਰੀਕੇ ਨਾਲ ਜਿਹੜੇ ਇਸ ਵਕਤ ਗੁਰੂ ਕੇ ਸਿੱਖ ਨੇ ਪਹੁੰਚੇ ਹੋਏ ਨੇ, ਉਹ ਨਾ ਸਿਰਫ ਸਿੱਖ ਕਹਿ ਲਓ ਕਿ ਹਿੰਦੂ ਵੀਰ ਵੀ ਜਿਹੜੇ ਦਿਲ ਦੇ ਵਿੱਚ ਜਜ਼ਬਾ ਰੱਖਦੇ ਨੇ, ਖਾਸ ਗੱਲ ਇਹ ਹੈ ਜਿਹੜੇ ਦਿਲ ਦੇ ਵਿੱਚ ਜਜ਼ਬਾ ਰੱਖਦੇ ਨੇ ਉਹ ਪਹੁੰਚੇ ਹੋਏ ਨੇ, ਕਿਉਂਕਿ ਨਾ ਇਹ ਹੱਟੀਆਂ 'ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫਿਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਕੈਮਰੇ ਦੇ ਉੱਤੇ ਮੇਰਾ ਸਾਥ ਦੇ ਰਹੇ ਸਨ ਸਰਦਾਰ ਅਮਨਦੀਪ ਸਿੰਘ, ਹੁਣ ਮੈਨੂੰ ਯਾਨੀ ਕਿ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ, ਵੇਖਦੇ ਰਹੋ ਅਕਾਲ ਚੈਨਲ, ਧੰਨਵਾਦ। ਸੋ ਇਸ ਵਕਤ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿਹੜੀ ਸਟੇਜ ਲੱਗੀ ਹੋਈ ਹੈ ਇਸ ਵਕਤ ਸਿੰਘੂ ਮੋਰਚੇ ਦੇ ਉੱਤੇ, ਜਿਸ ਸਟੇਜ ਦੇ ਉੱਤੇ ਕੱਲ ਨੌਜਵਾਨਾਂ ਨੇ ਇਕੱਠੇ ਹੋ ਕੇ, ਕੁਝ ਸ਼ਰਾਰਤੀ ਅਨਸਰਾਂ ਨੇ ਇਕੱਠੇ ਹੋ ਕੇ ਪੱਥਰ ਵਰਾਏ ਸੀ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ, ਔਰ ਉਸ ਤੋਂ ਬਾਅਦ ਪੁਲਿਸ ਨੇ ਹੀ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਸੀ, ਔਰ ਹੈਲੀਕਾਪਟਰ ਦੁਆਰਾ, ਡਰੋਨ ਦੁਆਰਾ ਪੈਟਰੋਲ ਬੰਬ ਵੀ ਸਿੱਟੇ ਗਏ ਸੀ। ਪਰ ਤੁਸੀਂ ਵੇਖ ਸਕਦੇ ਹਾਂ ਤਸਵੀਰਾਂ ਬਿਆਨ ਕਰ ਰਹੀਆਂ ਨੇ ਅੱਜ ਦੀ ਤਸਵੀਰ, ਨੀਲੀਆਂ ਪੀਲੀਆਂ ਚਿੱਟੀਆਂ ਪੱਗਾਂ ਦੇ ਵਿੱਚ ਇਸ ਵਕਤ ਕਿਸਾਨ ਡਟੇ ਹੋਏ ਨੇ, ਨਾ ਸਿਰਫ ਪੰਜਾਬ ਦੇ ਕਿਸਾਨ ਬਲਕਿ ਹਰਿਆਣੇ ਦੇ ਵੀਰ, ਤਾਮਿਲਨਾਡੂ ਦੇ ਕਿਸਾਨ, ਕੇਰਲਾ ਦੇ ਕਿਸਾਨ ਵੀ ਉਸੇ ਤਰੀਕੇ ਦੇ ਨਾਲ ਡਟੇ ਹੋਏ ਨੇ। ਚੜ੍ਹਦੀ ਕਲਾ ਹਲੇ ਵੀ ਮੌਜੂਦ ਹੈ ਇਸ ਮੋਰਚੇ ਦੀ, ਔਰ ਪਹਿਲਾਂ ਨਾਲੋਂ ਵੱਖਰੀ ਤਸਵੀਰ ਤੁਹਾਨੂੰ ਵਿਖਾਈ ਦਿੰਦੀ ਹੋਵੇਗੀ। ਭਾਰੀ ਇਕੱਠ ਇਸ ਵਕਤ, ਦੁੱਗਣਾ ਇਕੱਠ, ਦੁੱਗਣੇ ਤੋਂ ਵੀ ਦੁੱਗਣਾ ਇਕੱਠ ਹੋ ਚੁੱਕਿਆ ਇਸ ਵਕਤ। ਸੰਗਤਾਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ ਮੋਰਚੇ ਦੇ ਉੱਤੇ, ਜਿਸ ਤਰੀਕੇ ਦੇ ਨਾਲ ਗਾਜ਼ੀਆਬਾਦ ਦੇ ਵਿੱਚ ਭਾਰੀ ਇਕੱਠ ਕਰ ਦਿੱਤਾ ਗਿਆ ਹੈ ਕਿਸਾਨਾਂ ਦੁਆਰਾ, ਤਾਂ ਸਿੰਘੂ ਮੋਰਚੇ ਦੇ ਉੱਤੇ ਵੀ ਲਗਾਤਾਰ ਕਿਸਾਨਾਂ ਦਾ ਪਹੁੰਚਣਾ ਜਾਰੀ ਹੈ। ਕਿਸੇ ਪਿੰਡ ਤੋਂ 20 ਟਰੈਕਟਰ, ਕਿਸੇ ਪਿੰਡ ਤੋਂ 40 ਟਰੈਕਟਰ, ਕਿਸੇ ਪਿੰਡ ਤੋਂ 100-100 ਟਰੈਕਟਰ ਵੀ ਜਥੇ ਰਾਤ ਨੂੰ ਹੀ ਤੁਰ ਪਏ ਸੀ। ਇਸ ਵਕਤ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ, ਔਰ ਕੋਸ਼ਿਸ਼ ਕੀਤੀ ਜਾ ਰਹੀ ਸੀ, ਦੱਸਿਆ ਜਾ ਰਿਹਾ ਕਿ ਅੱਜ ਵੀ ਕੁਝ ਨੌਜਵਾਨ ਉਹਨਾਂ ਨੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ, ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਸਟੇਜ ਦੀ ਕਾਰਵਾਈ ਦੇ ਵਿੱਚ, ਤਾਂ ਉਸ ਨੂੰ ਪਿੱਛੋਂ ਹੀ ਮੋੜ ਦਿੱਤਾ ਗਿਆ ਉਸ ਕਾਫਲੇ ਨੂੰ। ਸੋ ਮੇਰੇ ਨਾਲ ਨੌਜਵਾਨ ਮੌਜੂਦ ਨੇ, ਮੈਨੂੰ ਐਂ ਦੱਸੋ ਵੀ ਜਿਹੜੀ ਅਨਾਊਂਸਮੈਂਟ ਹੋ ਕੇ ਹਟੀ ਹੈ ਸਟੇਜ ਦੇ ਉੱਤੇ, ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਦੇਰ ਪਹਿਲਾਂ ਇਨਫੋਰਮੇਸ਼ਨ ਆਈ ਹੈ ਕਿ ਸਟੇਜ ਦੇ ਉੱਤੇ ਅਨਾਊਂਸਮੈਂਟ ਹੋਈ ਸੀ ਕਿ ਕੁਝ ਲੋਕਾਂ ਦਾ ਕਾਫਲਾ, ਕੁਝ ਚੁਣਿੰਦਾ ਲੋਕਾਂ ਦਾ ਕਾਫਲਾ ਇੱਥੇ ਪਹੁੰਚ ਰਿਹਾ ਸੀ। ਦੁਬਾਰਾ ਜਿਸ ਤਰੀਕੇ ਦੀ ਕਾਰਵਾਈ ਕੱਲ੍ਹ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਤਰੀਕੇ ਦੀ ਕਾਰਵਾਈ ਅੱਜ ਵੀ ਕਰਨ ਦੀ ਕੋਸ਼ਿਸ਼ ਸੀ ਅਤੇ ਪਿੱਛੋਂ ਮੋੜ ਦਿੱਤਾ ਗਿਆ। ਨਹੀਂ, ਅਜੇ ਮੋੜਿਆਂ ਨੇ, ਅਜੇ ਅਨਾਊਂਸਮੈਂਟ ਹੋਈ ਸੀਗੀ ਵੀ ਉਹ ਆ ਰਹੇ ਆ, ਅਲਰਟ ਹੋ ਜਾਓ, ਹੋਰ ਅਜੇ ਮੋੜਨ ਦਾ ਕੋਈ ਇਨਫੋਰਮੇਸ਼ਨ ਨਹੀਂ ਆ ਮੋੜਨ ਦੀ ਅਜੇ, ਬਟ ਅੱਜ ਪੁਲਿਸ ਨੇ ਪਿੱਛੇ ਨਾਕੇ ਨੁਕਿਆਂ ਦੇ ਕਾਫੀ ਲਾਏ ਆ, ਹੁਣ ਦੇਖਦੇ ਅੱਗੇ ਕੀ ਕਰਦੇ ਜੀ। ਹਾਂਜੀ, ਸੋ ਜ਼ਿੰਦਾਬਾਦ ਜ਼ਿੰਦਾਬਾਦ ਦੇ ਨਾਰੇ ਲੱਗ ਰਹੇ ਨੇ, ਔਰ